ਲੈ ਭਾਈ ਤੈਨੂੰ ਚੁਟਕਲਾ ਸੁਣਾਉਣਾ ਇੱਕ। ਇੱਕ ਵਾਰ ਨਾ ਏਸੀ ਵਾਲੇ ਕਮਰੇ ਚ 5-6 ਮੱਛਰ ਵੜ ਜਾਣੇ ਆ। ਜਿਹੜਾ ਬਾਈ ਹੁੰਦਾ ਨਾ ਉਹ ਕਹਿੰਦਾ ਯਾਰ ਮੱਛਰ ਬਹੁਤ ਹੋ ਗਿਆ। ਉਹ ਜਿਹੜੀ ਮੱਛਰ ਮਾਰਨ ਵਾਲੀ ਹੁੰਦੀ ਆ ਮਸ਼ੀਨ ਪਲੱਗ ਜੇ ਲਾਉਣੇ ਹੁੰਦੇ ਆ ਆਲ ਆਊਟ, ਉਹ ਜਦੋਂ ਚੱਕ ਕੇ ਲਾਉਣ ਲੱਗਦਾ ਜਿੰਨੇ ਵੀ ਮੱਛਰ ਹੁੰਦੇ ਆ 5-6 ਨਾ ਹੱਥ ਜੋੜ ਕੇ ਖੜ ਜਾਂਦੇ ਆ, ਪੈਰੀ ਪੈ ਜਾਂਦੇ ਆ ਉਹਦੇ। ਅੱਛਾ। ਕਹਿੰਦਾ ਬਾਈ ਸਾਨੂੰ ਸੌਂਹ ਲੱਗੇ ਸਾਡੀ ਮਾਂ ਦੀ, ਸੌਂਹ ਲੱਗੇ ਸਾਨੂੰ ਸਾਡੇ ਪਿਓ ਦੀ, ਵੀ ਅਸੀਂ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਕੱਟਣ ਨਹੀਂ ਆਏ, ਅਸੀਂ ਕਿਸੇ ਨੂੰ ਨਹੀਂ ਕੱਟਦੇ, ਬਾਹਰ ਗਰਮੀ ਬਹੁਤ ਆ, ਕਹਿੰਦਾ ਅਸੀਂ ਤਾਂ ਏਸੀ ਚ ਰਾਤ ਕੱਟਣ ਆਏ ਹਾਂ। ਬਹੁਤ ਫਰਕ ਹੁੰਦਾ। ਜਿਹੜੇ ਲੋਕ ਗੱਲਾਂ ਬਾਤਾਂ ਕਰਦੇ ਨੇ ਨਾ ਉਹੀ ਤਰੱਕੀ ਕਰਦੇ ਨੇ। ਉਹਨਾਂ ਨੇ ਗੱਲਾਂ ਬਾਤਾਂ ਰਾਹੀਂ ਇਹ ਗੱਲ ਸੋਚਣੀ ਹੁੰਦੀ ਆ ਅਸੀਂ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਹੈ, ਕਿਸ ਢੰਗ ਨਾਲ ਆਪਣੀ ਜ਼ਿੰਦਗੀ ਜਿਉਣੀ ਆ ਕਿ ਵਧੀਆ ਹੋਵੇ, ਆਪਣੇ ਬੱਚਿਆਂ ਨੂੰ ਕੀ ਬਣਾਉਣਾ, ਕੀ ਉਹਨਾਂ ਨੂੰ ਆਪਾਂ ਕੰਮ ਖੋਲ੍ਹ ਕੇ ਦੇਈਏ, ਇਹ ਸਭ ਗੱਲਾਂ ਬਾਤਾਂ ਨਾਲ ਹੀ ਪਤਾ ਲੱਗਦਾ, ਇੱਕ ਦੂਏ ਨਾਲ ਸਲਾਹ ਕਰਨ ਨਾਲ ਪਤਾ ਲੱਗਦਾ। ਇਸ ਲਈ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ। ਫਿਰ ਗੱਪਾਂ ਕਿਹੜੀਆਂ ਹੁੰਦੀਆਂ ਨੇ ਜੀ, ਉਹਦੇ ਬਾਰੇ ਵੀ ਚਾਨਣਾ ਪਾਓ। ਗੱਪਾਂ ਮਾਰਨਾ, ਗੱਪਾਂ ਮਾਰਨ ਵਾਲਾ ਬੰਦਾ ਹਮੇਸ਼ਾ ਝੂਠ, ਛੜਿਆਂਤਰ ਤੇ ਕਿਸੇ ਬਾਰੇ ਬੁਰਾ ਭਲਾ ਬੋਲਦਾ, ਉਹ ਆਪਣੇ ਸਮੇਂ ਦੀ ਬਰਬਾਦੀ ਕਰਦਾ ਤੇ ਸਹੀ ਫੈਸਲਾ ਵੀ ਨਹੀਂ ਲੈ ਪਾਉਂਦਾ। ਨਿੰਦਿਆ, ਜੁਗਲੀ ਕਰਨੀ, ਕਿਸੇ ਨੂੰ ਬੁਰਾ ਭਲਾ ਕਹਿਣਾ, ਇਹ ਸਭ ਬੰਦਾ ਉਦੋਂ ਕਰਦਾ ਜਦੋਂ ਬੰਦਾ ਬੈਠ ਕੇ ਗੱਪਾਂ ਮਾਰਦਾ ਹੁੰਦਾ, ਕਿਉਂਕਿ ਕੰਮ ਦੀਆਂ ਗੱਲਾਂ ਤਾਂ 2-4 ਹੁੰਦੀਆਂ ਨੇ, ਬਾਕੀ ਸਾਰੀਆਂ ਗੱਲਾਂ ਤਾਂ ਨਿੰਦਿਆ ਚੁਗਲੀਆਂ ਹੀ ਹੁੰਦੀਆਂ ਨੇ। ਨਿੰਦਿਆ ਚੁਗਲੀ ਭਾਵੇਂ ਬੰਦੇ ਨੂੰ ਬਿਠਾ ਕੇ ਸਾਰੀ ਦਿਹਾੜੀਆਂ ਕਰੀ ਚਲੋ, ਆਓ ਆਪਾਂ ਗੱਪਾਂ ਮਾਰਨੀਆਂ ਬੰਦ ਕਰੀਏ, ਕੁਝ ਚੰਗੀਆਂ ਸਲਾਹਾਂ ਕਰੀਏ, ਚੰਗੇ ਕੰਮ ਕਰੀਏ, ਠੀਕ ਆ। ਅੱਛਾ ਮੈਂ ਚੱਲਦਾ। ਲੈ ਵੀ ਮਿੱਤਰਾ, ਮੈਨੂੰ ਤਾਂ ਲੰਬੜਦਾਰ ਸਾਹਿਬ ਦੀ ਗੱਲ ਸਮਝ ਆ ਗਈ ਵੀ ਹੁਣ ਜਦ ਤੋਂ ਵੀ ਆਪਾਂ ਬੈਠਾਂਗੇ ਤਾਂ ਚੰਗੀਆਂ ਗੱਲਾਂ ਕਰਿਆ ਕਰਾਂਗੇ, ਨਾ ਕਿ ਗੱਪਾਂ ਮਾਰਨ ਵਾਸਤੇ। ਆਪਾਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਅੱਜ ਤੋਂ ਹੀ ਸ਼ੁਰੂ ਕਰਾਂਗੇ, ਕਿਉਂ ਬਈ? ਹਾਂ ਬਈ, ਬਿਲਕੁਲ ਸਹੀ ਕਿਹਾ।